ਇਹ ਸਾਡੇ ਸਰਗੋਧੇ ਦੇ ਵਿੱਚ ਬਣਿਆ ਜੀ ਪਾਪਾ ਜੋਨਜੇ ਦੇ ਬੜੇ ਚਰਚੇ ਨੇ ਕਹਿੰਦਾ ਪੀਜ਼ਾ ਬੜਾ ਮਸ਼ਹੂਰ ਆ। ਲੈ ਮਿੱਤਰੋ ਇੱਥੇ ਆਏ ਸੀ ਪੀਜ਼ਾ ਖਾਣ ਵਾਸਤੇ, ਤੁਹਾਨੂੰ ਅੱਜ ਦੇ ਵਲੋਗ ਦੇ ਵਿੱਚ ਪਤਾ ਲੱਗ ਜਾਏਗਾ ਪਾਪਾ ਜੋਨ 'ਤੇ ਪੀਜ਼ਾ ਕਿਉਂ ਖਾਣਾ ਹੈ, ਮਾਲ ਦੇ ਵਿੱਚ ਅਸੀਂ ਕਿਉਂ ਕਹੇ ਹਾਂ। ਲੈ ਵੀ ਮਿੱਤਰੋ ਕਰਦੇ ਹਾਂ ਫਿਰ ਵਲੋਗ ਦਾ ਮਿੱਠਾ ਜਿਹਾ ਅਗਾਹ, ਤੁਸੀਂ ਇੱਕ ਲਾਈਕ ਮਿੱਠਾ ਜਿਹਾ ਕਮੈਂਟ 'ਤੇ ਇੱਕ ਸ਼ੇਅਰ ਕਰ ਦਿਓ। ਮੌਸਮ ਬੜਾ ਪਿਆਰਾ ਸੀ, ਲੈ ਵੀ ਅਸੀਂ ਦੋਸਤਾਂ ਨੇ ਮਿਲ ਕੇ ਪਲਾਨ ਬਣਾਇਆ। ਦੋਸਤ ਕਹਿੰਦੇ ਅਸੀਂ ਗੱਡੀ ਲਿਆਵਾਂਗੇ, ਤੂੰ ਸਾਡੇ ਨਾਲ ਜਾਣਾ। ਮੈਂ ਕਿਹਾ ਜੀ ਠੀਕ ਹੋਇਆ। ਲੈ ਵੀ ਦੋਸਤ ਆ ਗਿਆ, ਹੁਣ ਅਸੀਂ ਜਾ ਰਹੇ ਹਾਂ ਸਪੈਸ਼ਲ ਪਾਪਾ ਜੋਨਸ 'ਤੇ। ਲੈ ਵੀ ਮਿੱਤਰੋ ਇਸ ਤੋਂ ਬਾਅਦ ਅਸੀਂ ਗੱਡੀ ਦੇ ਵਿੱਚ ਬੈਠੇ ਹਾਂ, ਸਾਡਾ ਹੋ ਗਿਆ ਸਫ਼ਰ ਮਿੱਠਾ ਜਿਹਾ ਗਾਲ। ਮੈਂ ਕਿਹਾ ਯਾਰ ਮੈਂ ਬਾਹਰ ਨਿਕਲ ਕੇ ਵੀਡੀਓ ਬਣਾਉਣੀ ਹੈ ਜ਼ਰਾ, ਤੁਸੀਂ ਇਹਨੂੰ ਖੋਲੋ ਸਨ ਰੂਫ ਨੂੰ। ਕਹਿੰਦੇ ਬਾਈ ਜਾਨ ਮਸਲਾ ਕੋਈ ਨਹੀਂ ਹੈ, ਤੁਸੀਂ ਸਨ ਰੂਫ ਤੋਂ ਹੋ ਜਾਓ ਬਾਹਰ। ਜਦੋਂ ਮੈਂ ਨਿਕਲਿਆ ਬਾਹਰ ਤਾਂ ਮੈਨੂੰ ਲੱਗਣ ਠੰਡੀਆਂ ਠੰਡੀਆਂ ਹਵਾਵਾਂ, ਅਤੇ ਮੈਂ ਕਹਿੰਦਾ ਇੰਝ ਲੱਗ ਰਿਹਾ ਜਿੱਦਾਂ ਬੈਠਾ ਮੈਂ ਜਹਾਜ਼ 'ਤੇ। ਲੈ ਵੀ ਇੱਕ ਤੁਸੀਂ ਲਾਈਕ ਲਾਜ਼ਮੀ ਕਰ ਦੇਣਾ। ਜ਼ਿੰਦਗੀ ਹੈਗੀ ਹੈ ਚਾਰ ਦਿਹਾੜੇ ਦੀ, ਕਰੋ ਇਹਨੂੰ ਜਵਾਏ। ਲੈ ਵੀ ਮਿੱਤਰੋ ਇਸ ਤੋਂ ਬਾਅਦ ਮੈਂ ਪਹੁੰਚ ਗਿਆ ਸ਼ਾਲੀਮਾਰ ਸਮਾਰਟ ਸਿਟੀ। ਇੱਥੇ ਹੈਗਾ ਸੀ ਪਾਪਾ ਜੋਨਸ ਦੀ ਬ੍ਰਾਂਚ ਓਪਨ ਹੋਈ, ਕਹਿੰਦੇ ਬੜਾ ਮਸ਼ਹੂਰ ਪੀਜ਼ਾ। ਲੈ ਵੀ ਮੈਂ ਕਿਹਾ ਅੱਜ ਖਾ ਕੇ ਆਈਏ। ਲੈ ਵੀ ਮਿੱਤਰੋ ਅਸੀਂ ਫਿਰ ਮਿੱਠੀ ਜਿਹੀ ਗੱਡੀ ਪਾ ਲਈ ਹੈ ਪਾਪਾ ਜੋਨਸ ਵਾਲੇ ਪਾਸੇ ਨੂੰ। ਲੈ ਵੀ ਮਿੱਤਰੋ ਬਾਕੀ ਗੱਲਾਂ ਦੀਆਂ ਗੱਲਾਂ, ਲੇਕਿਨ ਸ਼ਾਲੀਮਾਰ ਸਮਾਰਟ ਸਿਟੀ ਬਣਿਆ ਬੜਾ ਪਿਆਰਾ। ਇਹਨਾਂ ਦੀ ਮੈਨੂੰ ਇੰਟਰਸ ਦੇਖ ਕੇ ਬੜਾ ਹੀ ਮਜ਼ਾ ਆਇਆ। ਮੈਂ ਕਿਹਾ ਮਾਸ਼ਾਅੱਲਾ ਜੀ ਕਿੱਡੀ ਪਿਆਰੀ ਇੰਟਰਸ ਬਣੀ ਆ। ਬਾਕੀ ਜਿਹਨਾਂ ਭਰਾਵਾਂ ਨੇ ਪਾਪਾ ਜੋਨਸ ਦਾ ਪੀਜ਼ਾ ਟਰਾਈ ਕੀਤਾ ਤਾਂ ਰਿਕਮੈਂਡ ਦੇ ਵਿੱਚ ਲਾਜ਼ਮੀ ਦੱਸ ਦੇਣਾ, ਟੇਸਟ ਕਿੱਦਾਂ ਦਾ ਲੱਗਾ ਸੀ ਇਹ ਵੀ ਦੱਸ ਦੇਣਾ। ਲੈ ਵੀ ਮਿੱਤਰੋ ਇਸ ਤੋਂ ਬਾਅਦ ਮੈਂ ਆਪਣੇ ਕਜ਼ਨ ਨੂੰ ਕਿਹਾ ਯਾਰ ਹੁਣ ਦਬਾ ਦਬ ਗੱਡੀ ਨੂੰ ਲਾ ਪਾਰਕਿੰਗ ਦੇ ਵਿੱਚ, ਤੇ ਚੱਲੀਏ ਪਾਪਾ ਜੋਨਸ ਦਾ ਪੀਜ਼ਾ ਖਾਣ। ਕਹਿੰਦਾ ਚੱਲ ਠੀਕ ਹੈ। ਲੈ ਵੀ ਮਿੱਤਰੋ ਗੱਡੀ ਲਾਤੀ ਆ ਪਾਰਕਿੰਗ 'ਚ, ਇਸ ਤੋਂ ਬਾਅਦ ਆ ਮੇਰਾ ਮੱਖਣਾ ਰਗਾ ਯਾਰ ਅਤੇ ਨਾਲ, ਮੈਂ ਕਹਿੰਦਾ ਮੇਰਾ ਕਜ਼ਨ ਅਤੇ ਨਾਲ ਭਰਾ ਨਿਕਲਿਆ ਤਸੱਵਰ। ਮੇਰੇ ਯਾਰ ਰਾਣੇ ਨੂੰ ਆ ਗਈ ਕਾਲ, ਇਹ ਹੋ ਗਿਆ ਕਾਲ ਅਤੇ ਮਿੱਤਰੋ ਇਸ ਤੋਂ ਬਾਅਦ ਅਸੀਂ ਮਿੱਠੇ ਮਿੱਠੇ ਕਦਮਾਂ ਨਾਲ ਤੁਰ ਪਏ ਹਾਂ ਪਾਪਾ ਜੋਨਸ ਦੀ ਤਰਫ਼। ਲੈ ਵੀ ਮਾਸ਼ਾਅੱਲਾ ਇੰਟਰਸ ਤਾਂ ਬੜੀ ਪਿਆਰੀ ਬਣੀ ਸੀ, ਅੰਦਰ ਲਗਜ਼ਰੀ ਮੋਲ ਸੀ। ਇਸ ਤੋਂ ਬਾਅਦ ਸਾਰੇ ਮੇਰੇ ਯਾਰ ਬੇਲੀ ਕਹਿੰਦੇ ਯਾਰ ਅਸੀਂ ਉੱਤੇ ਬਹਿ ਕੇ ਪੀਜ਼ਾ ਖਾਣਾ ਵਾ, ਬਾਹਰ ਕੋਈ ਨਹੀਂ ਖਾਣਾ। ਮੈਂ ਕਿਹਾ ਜੀ ਚਲੋ ਠੀਕ ਹੋ ਗਿਆ। ਲੈ ਵੀ ਮਿੱਤਰੋ ਸੀੜੀਆਂ ਚੜ੍ਹੇ ਤਾਂ ਅਸੀਂ ਪਹੁੰਚ ਗਏ। ਮੈਂ ਕਹਿੰਦਾ ਫਸਟ ਫਲੋਰ 'ਤੇ, ਇੱਥੇ ਰਾਣਾ ਸਾਹਿਬ ਸ਼ੁਗਲ ਮੇਲਾ ਲਾ ਰਹੇ ਸੀ, ਨਾਲੇ ਮਿੱਠੀਆਂ ਮਿੱਠੀਆਂ ਗੱਲਾਂ ਸੁਣਾ ਰਹੇ ਸੀ। ਇੱਥੇ ਆ ਕੇ ਅਸੀਂ ਬਹਿ ਗਏ। ਇਸ ਤੋਂ ਬਾਅਦ ਹੋਇਆ ਆਰਡਰ ਦਾ ਟਾਈਮ, ਮੈਂ ਪਹੁੰਚਿਆ ਆਰਡਰ ਵਾਲੀ ਜਗ੍ਹਾ 'ਚ। ਮੈਂ ਕਿਹਾ ਯਾਰ ਕੋਈ ਅੱਛੀ ਜਿਹੀ ਡੀਲ ਕਰਦੇ। ਕਹਿੰਦਾ ਚਲੋ ਠੀਕ ਹੈ ਮੈਂ ਡੀਲ ਕਰ ਦਿਆਂ। ਲੈ ਵੀ ਮਿੱਤਰੋ ਇਸ ਤੋਂ ਬਾਅਦ ਆਰਡਰ ਦਾ ਵੇਟ ਕਰਨ ਆ ਗਏ, ਕਿਉਂਕਿ ਆਰਡਰ ਉਹਨੂੰ ਹੈਗੇ ਸੀ 20-25 ਮਿੰਟ। ਆਰਡਰ ਆ ਗਿਆ। ਲੈ ਵੀ ਮਿੱਤਰੋ ਅਸੀਂ ਮੰਗਵਾਏ ਸੀ 2 ਲਾਰਜ ਪੀਜ਼ੇ, ਨਾਲ ਇੱਕ ਮੈਂ ਕਹਿੰਦਾ 1.5 ਲੀਟਰ ਦੀ ਬੋਤਲ ਮੰਗਵਾਈ ਸੀ। ਲੈ ਵੀ ਮਿੱਤਰੋ ਪੀਜ਼ਾ ਖਾ ਕੇ ਸਾਨੂੰ ਤਾਂ ਆਇਆ ਕੋਈ ਨਹੀਂ ਸਵਾਦ, ਬਾਕੀ ਤੁਸੀਂ ਆਪਣਾ ਐਕਸਪੀਰੀਅੰਸ ਦੱਸ ਛੱਡੋ ਜੇ ਖਾਣ ਆਏ ਹੋ। ਜਿਹੜੇ ਵੀਰ ਭਰਾ ਮੇਰੇ ਪਾਪਾ ਜੋਨਸ 'ਤੇ ਆਉਣਾ ਚਾਹੁੰਦੇ, ਮੇਰੀ ਜਾਨ ਕੋਈ ਨਾ ਆਇਓ, ਇੱਥੇ ਪੀਜ਼ਾ ਖਾਣ ਆਪਣੇ ਪੈਸੇ ਮਤ ਜ਼ਾਇਆ ਕਰੋ। ਸਾਡਾ ਸੀ ਬੈਡ ਐਕਸਪੀਰੀਅੰਸ ਪਾਈ ਜਾਣ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਪੀਜ਼ਾ ਬਿਲਕੁਲ ਫਾਰੇ ਸੀ, ਇਸ ਤੋਂ ਅੱਛਾ ਪੀਜ਼ਾ ਸ਼ਹਿਰ ਮਿਲ ਜਾਂਦਾ। ਲੈ ਵੀ ਮਿੱਤਰੋ ਇਸ ਤੋਂ ਬਾਅਦ ਅਸੀਂ ਪਹੁੰਚ ਗਏ ਮਾਲ ਆਫ ਸਰਗੋਧਾ ਇਮਤਿਆਜ਼ ਮੈਗਾਮਾਲ। ਲੈ ਵੀ ਮਾਸ਼ਾਅੱਲਾ ਮੈਂ ਕਹਿੰਦਾ ਫਸਟ ਫਲੋਰ 'ਤੇ ਇੰਟਰਸ ਚੈੱਕ ਕਰੋ ਕਿੱਡੀ ਪਿਆਰੀ ਹੈ। ਮਾਸ਼ਾਅੱਲਾ ਕਾਫੀ ਜ਼ਿਆਦਾ ਬ੍ਰਾਂਡ ਓਪਨ ਹੋ ਗਿਆ। ਇਸ ਤੋਂ ਬਾਅਦ ਅਸੀਂ ਜਾ ਰਹੇ ਹਾਂ, ਮੈਂ ਕਹਿੰਦਾ ਬਿਰਾਦ ਗਈ ਥੋੜ੍ਹੀ ਦੇਰ ਬਾਅਦ ਮੈਂ ਪਹੁੰਚਿਆ ਆਪਣੇ ਮੱਖਣਾ ਰਗਾ ਯਾਰ ਮੁਜ਼ੰਮਲ ਦੇ ਕੋਲ। ਮੈਂ ਕਿਹਾ ਯਾਰ ਮੈਨੂੰ ਜ਼ਰਾ ਦਿਖਾ ਸਪੀਕਰ। ਕਹਿੰਦਾ ਯਾਰ ਚੱਲ ਠੀਕ ਹੈ, ਇੱਥੇ ਮੈਂ ਕੰਮ ਕਰਦੇ ਰਿਹਾ ਚੌਧਰੀ, ਮੈਨੂੰ ਟੈਨਸ਼ਨ ਕੋਈ ਨਹੀਂ ਹੈ। ਮੈਂ ਆਪਣੇ ਮੱਖਣਾ ਰਗਾ ਯਾਰ ਨੂੰ ਕਿਹਾ, ਮੈਂ ਕਿਹਾ ਚੱਲ ਯਾਰ ਤੂੰ ਵੀ ਹੁਣ ਬਣਾਉਣਾ ਜੂਸ ਪੀਦਾ। ਕਹਿੰਦਾ ਯਾਰ ਨਾ ਕਰ, ਕੈਮਰੇ ਲੱਗਿਆ ਕਿਉਂ ਫਸਾਏਗਾ ਮੈਨੂੰ। ਮੈਂ ਕਿਹਾ ਯਾਰ ਇੱਦਾਂ ਦੀ ਕੋਈ ਗੱਲ ਨਹੀਂ, ਮੇਰੇ ਹੁੰਦੇ ਟੈਨਸ਼ਨ ਨਹੀਂ ਲੈਣੀ। ਟਾਈਮ ਵੀ ਕਾਫੀ ਹੋ ਗਿਆ ਸੀ, ਅਸੀਂ ਨਿਕਲੇ ਹਾਂ ਮਾਲ 'ਚੋਂ ਬਾਹਰ। ਲੈ ਵੀ ਮਿੱਤਰੋ ਹੁਣ ਸਾਡਾ ਹੋ ਗਿਆ ਘਰ ਜਾਣ ਦਾ ਪਲਾਨ ਵਾਪਸ। ਮੈਂ ਕਿਹਾ ਜੀ ਚਲੋ ਠੀਕ ਹੈ ਚੱਲੀਏ। ਇਸ ਤੋਂ ਬਾਅਦ ਮੈਂ ਕਹਿੰਦਾ ਮੇਰੇ ਮੱਖਣਾ ਰਗਾ ਯਾਰ ਦੇ ਸਿਰ 'ਚ ਹੋਣ ਲੱਗੀ ਦਰਦ ਨੇ ਲਈ ਦਵਾਈ। ਇਸ ਤੋਂ ਬਾਅਦ ਹੋ ਗਿਆ ਅਗਲੇ ਦਿਨ ਦਾ ਆਗਾਜ਼। ਲੈ ਵੀ ਮਿੱਤਰੋ ਰਾਤੀ ਮੈਨੂੰ ਯਾਦ ਨਹੀਂ ਰਿਹਾ ਵੀਡੀਓ ਬਣਾਉਣ ਦਾ। ਇਸ ਤੋਂ ਬਾਅਦ ਮੈਂ ਉੱਠਿਆ ਵਾਂ, ਉੱਠ ਕੇ ਜਾ ਰਿਹਾ ਹਮਾਮ ਦੀ ਦੁਕਾਨ 'ਤੇ, ਮੈਂ ਕਰਾਉਣਾ ਸੀ ਖਾਤੇ। ਸ਼ੁਕਰ ਇਹ ਕਰੀਦਾ ਕਿ ਸਾਡੀ ਕਲੋਨੀ ਦੇ ਵਿੱਚ ਹਮਾਮ ਦੀ ਦੁਕਾਨ ਹੈਗੀ। ਅਬਦੁੱਲਾ ਭਾਈ ਨੂੰ ਆਖਿਆ ਮੈਂ ਕਿਹਾ ਯਾਰ ਮੇਰੇ ਥੋੜ੍ਹੇ ਜਿਹੇ ਵਾਲ ਵੀ ਕੱਟ ਦੇ, ਨਾਲੇ ਖਤ ਕਰਦੇ। ਕਹਿੰਦਾ ਯਾਰ ਮਸਲਾ ਕੋਈ ਨਹੀਂ, ਬਾਕੀ ਗੱਲਾਂ ਦੀਆਂ ਗੱਲਾਂ ਅੱਗੇ ਨਾਲੋਂ ਕੇਕ ਹੋ ਗਿਆ। ਮੈਂ ਕਿਹਾ ਯਾਰ ਮਿਹਰਬਾਨੀ ਕਰ, ਅਸੀਂ ਕੇਕ ਹੋ ਗਏ, ਇਹ ਕਿੱਥੇ ਕਹਿ ਰਿਹਾ ਤੂੰ। ਖਤ ਛੱਤ ਕਰਾਉਣ ਤੋਂ ਬਾਅਦ, ਕਟਿੰਗ ਕਰਾਉਣ ਤੋਂ ਬਾਅਦ ਅਬਦੁੱਲਾ ਭਾਈ ਆਪਣੇ ਫੰਕਸ਼ਨ ਕਰਨ ਲੱਗ ਗਿਆ। ਮੈਂ ਕਿਹਾ ਚੱਲ ਯਾਰ ਕੋਈ ਨਹੀਂ, ਇਹਨੂੰ ਵੀ ਆਪਣਾ ਰਾਂਝਾ ਰਾਜੀ ਕਰ ਲੈਂਦੇ, ਇਹਦੇ 'ਤੇ ਵੀ ਮੇਰੇ 'ਤੇ ਸਾਰੇ ਬੈਡ ਐਕਸਪੀਰੀਅੰਸ ਕਰਨੇ ਹੁੰਦੇ ਆ। ਬਾਕੀ ਜੇ ਵਲੋਗ ਚੰਗਾ ਲੱਗਾ ਲਾਈਕ ਕਰਨਾ, ਕਮੈਂਟ ਕਰਨਾ, ਨਾਲੇ ਪੇਜ ਨੂੰ ਫੋਲੋ ਕਰਨਾ। ਓਕੇ, ਅੱਲਾ ਹਾਫਿਜ਼।